ਮਾਨਸਿਕ ਬਿਮਾਰੀਆਂ ਨਾ ਸਾਰੇ ਪਾਸਿਓਂ ਘੇਰ ਲੈਂਦੀਆਂ ਹਨ ਮਾਨਸਿਕ ਮਤਲਬ ਸਰੀਰਕ ਤੌਰ ਤੇ ਵੀ ਬਿਮਾਰੀ ਵਜੋਂ ਵੀ ਰਿਸ਼ਤੇਆਂ 'ਚ ਵੀ ਤੇ ਫਾਈਨੈਂਸ਼ੀਅਲ ਤੌਰ ਤੇ ਵੀ ਜ਼ੀਰੋ ਕਰ ਦਿੰਦੀਆਂ ਹਨ ਬੰਦਾ ਨੌਕਰੀ 'ਚੋਂ ਕੱਢਿਆ ਜਾਂਦਾ ਨੌਕਰੀ ਪੂਰੀ ਕਰ ਨਹੀਂ ਪਾਂਦਾ ਪੈਸੇ ਆਉਂਦੇ ਨਹੀਂ ਕਿਤੋਂ ਉਹ ਇੱਕ ਹੋਰ ਬਰੰਡ ਮਤਲਬ ਇੱਕ ਪਾਸੇ ਥੋੜੀ ਅਟੈਕ ਹੋ ਰਿਹਾ ਉਹ ਕਹਿੰਦੇ ਨਾ ਮਤਲਬ ਹਵਾ 'ਚ ਲੜਨਾ ਬਹੁਤ ਸਾਡਾ ਪੇਸ਼ੈਂਟ ਦੁਖੀ ਹੁੰਦੇ ਹਨ ਹੁਣ ਤੁਸੀਂ ਦੱਸੋ ਇੱਕ ਇਨਸਾਨ ਹੈ ਜਿਹਦੇ ਅੰਦਰ ਇੱਕ ਬੱਚਾ ਹੈਗਾ ਜਿਹੜਾ ਕਹਿ ਰਿਹਾ ਪੁਕਾਰ-ਪੁਕਾਰ ਕੇ ਕਿ ਮੈਨੂੰ ਯਾਰ ਸਮਝੋ ਮੈਨੂੰ ਸੁਣੋ ਮੇਰੀ ਮਦਦ ਕਰੋ ਪਰ ਉਹਦੀ ਮਦਦ ਵਾਸਤੇ ਕੋਈ ਨਹੀਂ ਆ ਰਿਹਾ ਉਹ ਫਿਰ ਇੱਕ ਜਿਹੜਾ ਸਾਡਾ ਪੇਸ਼ੈਂਟ ਹੈ ਨਾ ਉਸ ਅਗਲੀ ਸਟੇਜ 'ਤੇ ਜਦੋਂ ਜਾਂਦਾ ਹੈ ਨਾ ਹੀ ਬਿਕਮਸ ਵਨਰੇਬਲ ਉਹ ਫਿਰ ਵਨਰੇਬਲ ਇਹੋ ਜਿਹਾ ਹੁੰਦਾ ਕਿ ਉਹਨੂੰ ਜਿਹੜਾ ਮਰਜ਼ੀ ਪਰਚਾ ਕੇ ਜਿੱਥੇ ਮਰਜ਼ੀ ਲੈ ਜਾਵੇ ਕਿਉਂਕਿ ਘਰੋਂ ਨਿਕਲਿਆ ਹੋਇਆ ਹੈ ਘਰ ਚੋਂ ਉਹਨੂੰ ਪਿਆਰ ਨਹੀਂ ਮਿਲਦਾ ਘਰ ਨਾਲ ਉਹਦੀ ਅਟੈਚਮੈਂਟ ਨਹੀਂ ਹੈ ਉਹ ਹੁਣ ਕੱਟੀ ਪਤੰਗ ਵੱਲ ਉਹ ਜਿਹੜਾ ਮਰਜ਼ੀ ਉੱਡ ਕੇ ਲੈ ਜਾਏ ਅਲਟੀਮੇਟਲੀ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਫਿਰ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਤੁਸੀਂ ਕਿਸੇ ਨਾ ਕਿਸੇ ਦੇ ਡਿੱਕੇ ਆ ਹੀ ਜਾਂਦੇ ਹੋ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਮਤਲਬ ਆਪਣੀ ਵਲਨਰੇਬਿਲਟੀ ਦਿਖਾਉਂਦੇ ਹੋ ਫਿਰ ਕਈ ਲੋਕੀ ਤੁਹਾਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਆ ਉਹ ਫਿਰ ਜਦੋਂ ਤੁਸੀਂ ਉਸ ਇੱਕ ਹੋਰ ਟਰੋਮਾ ਇੱਕ ਬਚਪਨ ਦਾ ਟਰੋਮਾ ਇੱਕ ਸਟੂਡੈਂਟਸ਼ਿਪ ਦਾ ਟਰੋਮਾ ਫੇਰਿਕ ਟਰੋਮਾ ਆ ਜਾਂਦਾ ਹੈ ਕੋ ਰਿਲੇਸ਼ਨਸ਼ਿਪ ਦਾ ਕਿ ਜਿਹੜਾ ਤੁਹਾਡਾ ਲਾਈਫ ਨੂੰ ਟਰਨਿੰਗ ਪੁਆਇੰਟ ਹੁੰਦਾ ਹੈ ਕਿ ਇੱਕ ਆਏਗੀ ਜਿਹਦੇ ਤੁਹਾਡਾ ਤੁਹਾਡੇ ਖਾਬ ਇੱਕ ਕਰਕੇ ਟੁੱਟਦੇ ਆ ਕਿ ਯਾਰ ਮੇਰਾ ਤਾਂ ਖਾਬ ਸੀਗਾ ਮੈਂ ਬਣੂਗਾ ਤੇ ਮੇਰੀ ਜ਼ਿੰਦਗੀ ਘਰੇਲੂ ਜ਼ਿੰਦਗੀ ਇਹੋ ਜਿਹੀ ਹੋਏਗੀ ਉੱਥੇ ਵੀ ਜਾ ਕੇ ਟਰੋਮੇ ਟਰੋਮੇ ਭਰੇ ਹੁੰਦੇ ਸੋ ਤੁਸੀਂ ਦੇਖੋ ਸਾਡੀ ਸਫਲ ਕਿਸ ਤਰ੍ਹਾਂ ਚੱਲ ਰਿਹਾ ਹੈ ਫਿਰ ਬਾਹਰ ਦੁਨੀਆ ਨੂੰ ਸਾਨੂੰ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ ਘਰ ਚ ਸਾਨੂੰ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ ਜਿਹੜੇ ਰਿਸ਼ਤੇ ਮਿਲਦੇ ਉਹ ਵੀ ਝੂਠੇ ਮਿਲਦੇ ਆ ਉਹ ਵੀ ਕੋਈ ਨਾ ਕੋਈ ਮਤਲਬ ਉਹਦੇ ਚ ਹੁੰਦਾ ਕੀ ਹੈ ਕਿ ਇਨਸਾਨ ਨਾ ਬੜਾ ਪਿਸਦਾ ਰਹਿੰਦਾ ਜਿਸ ਤਰ੍ਹਾਂ ਇਹਨਾਂ ਨੇ ਹਿਸਟਰੀ ਦੱਸੀ ਹੈ ਫਿਰ ਇੱਕ ਇਨਸਾਨ ਕੋਲੋਂ ਕੁਝ ਇਹੋ ਜੀਆਂ ਚੀਜ਼ਾਂ ਹੋ ਜਾਂਦੀਆਂ ਜਿਹਦੇ ਕਰਕੇ ਉਹ ਆਪਣੇ ਆਪ ਤੋਂ ਸ਼ਰਮਸਾਰ ਹੁੰਦਾ ਉਹ ਆਪਣੇ ਆਪ ਤੋਂ ਸ਼ਰਮਸਾਰ ਕਿ ਮੈਂ ਕਿਉਂ ਕਰ ਲਿਆ ਕਿਉਂਕਿ ਇਨਸਾਨ ਕੀ ਹੈ ਕਿ ਇਨਸਾਨ ਇਹੋ ਜਿਹਾ ਜਾਂ ਤੇ ਉਹਦੇ ਕੋਲ ਵੱਧ ਬੋਲਿਆ ਜਾਂਦਾ ਜਾਂ ਆਪਣੇ ਕੋਲੋਂ ਗੁੱਸੇ ਦਾ ਹਜ਼ਾਰ ਇਹੋ ਜਿਹਾ ਹੋ ਜਾਂਦਾ ਜਾਂ ਉਹ ਸ਼ਰਮ ਦੇ ਕਰਕੇ ਆਪਣੇ ਆਪ ਨੂੰ ਕਿਤੇ ਸੈਲਫ ਆਰਮ ਕਰਦਾ ਹੈ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਫਿਰ ਉਹਨੂੰ ਗिल्ਟ ਪੈਦਾ ਕਰਨੀ ਕਿ ਯਾਰ ਮੈਂ ਸਟੇਜ ਤੇ ਇੰਜ ਕਰਨਾ ਨਹੀਂ ਸੀ ਆ ਕਿਉਂ ਹੋ ਗਿਆ ਮੇਰੇ ਕੋਲ ਉਹ ਫਿਰ ਗिल्ਟ ਜਿਹੜੀ ਹੈ ਉਹ ਐਡ ਔਨ ਕਰਦੀ ਹੈ ਹੁਣ ਤੁਸੀਂ ਦੇਖੋ ਰੈਸਪੀ ਕਿਵੇਂ ਬਣ ਰਹੀ ਹੈ ਲੋ ਸੈਲਫ ਐਸਟੀਮ ਉਹਨੂੰ ਆਪਣੀ ਇੱਜ਼ਤ ਨਹੀਂ ਕਰਨੀ ਆ ਰਹੀ ਜੀਨਸ ਉਹਦੇ ਖਰਾਬ ਹੈ ਇਹ ਵੀ ਉਸੇ ਰੈਸਪੀ ਚ ਹੈ ਬਿਹੇਵੀਅਰ ਉਹਦੇ ਨਾਲ ਮਾੜਾ ਹੋਇਆ ਇਹ ਵੀ ਉਸੇ ਰੈਸਪੀ ਦੇ ਵਿੱਚ ਹੈ ਬੁੱਲਿੰਗ ਹੋਈ ਹੈ ਅੱਛਾ ਉਹ ਟਾਰਗੇਟਡ ਹਮੇਸ਼ਾ ਕੀਤਾ ਗਿਆ ਕਿ ਤੂੰ ਬੰਦਾ ਨਹੀਂ ਚੰਗਾ ਤੂੰ ਐ ਕੀਤਾ ਤੂੰ ਉਹ ਕੀਤਾ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਉਸੇ ਚੀਜ਼ ਤੋਂ ਸ਼ਰਮਿੰਦਾ ਹੁੰਦਾ ਹੈ ਉਹੀ ਚੀਜ਼ ਉਹਨੂੰ ਲੋਕੀ ਯਾਦ ਕਰਾ ਰਹੇ ਹੁੰਦੇ ਉਹ ਭੁੱਲਿਆ ਥੋੜੀ ਹੁੰਦਾ ਉਹ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਪਰ ਲੋਕੀਆਂ ਨੂੰ ਬਾਰ ਬਾਰ ਉਹ ਚੀਜ਼ ਯਾਦ ਕਰਾਉਂਦੇ ਤੂੰ ਦੇਖਿਆ ਤੂੰ ਐਸ ਉਮਰ ਚ ਐ ਕੀਤਾ ਸੀ ਤੈਨੂੰ ਯਾਦ ਹੈ ਤੂੰ ਐ ਕੀਤਾ ਸੀ ਉਹਦੇ ਅੰਦਰ ਕਿੰਨੀਆਂ ਚੀਜ਼ਾਂ ਆ ਗਈਆਂ ਹੁਣ ਤੁਸੀਂ ਦੇਖੋ ਕਿੰਨੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਕਿ ਉਹਦੀ ਜ਼ਿੰਦਗੀ ਨੂੰ ਪੌਇਜ਼ਨ ਕਰ ਰਹੀਆਂ ਹੁਣ ਉਹਦੇ ਵਾਸਤੇ ਐਸਕੇਪ ਕੀ ਹੈ ਟੂ ਪ੍ਰੂਵ ਹਿਮਸੈਲਫ ਕਿ ਮੈਂ ਆਪਣੇ ਆਪ ਨੂੰ ਦਿਖਾਵਾਂ ਕਿ ਮੈਂ ਐ ਨਹੀਂ ਹੈਗਾ ਹੁਣ ਉਹ ਪ੍ਰੂਫ ਪ੍ਰੂਵ ਇਨਸੈਪਟ ਕਰਨ ਦੇ ਵਿੱਚ ਜਿਹੜਾ ਵੀ ਕੰਮ ਕਰੇਗਾ ਨਾ ਉਹ ਕੋਈ ਨਾ ਕੋਈ ਦੋ ਨੰਬਰ ਦਾ ਕੰਮ ਜਿੰਨੂੰ ਅਸੀਂ ਗਣਦੇ ਆ ਨਾ ਜਾਂ ਤੇ ਉਹ ਡਰੰਕਸ ਲਏਗਾ ਕਿਉਂਕਿ ਦਾ ਮੂਡ ਨੂੰ ਆਪ ਲਿਫਟ ਕਰਨਾ ਹੁਣ ਉਹਨੂੰ ਚੰਗਾ ਨਹੀਂ ਲੱਗ ਰਿਹਾ ਕੁਝ ਲੋਕੀ ਉਹਨੂੰ ਨਹੀਂ ਚੰਗਾ ਸਮਝ ਰਹੇ ਇੱਜ਼ਤ ਉਹਦੀ ਨਹੀਂ ਹੁੰਦੀ ਪਈ ਉਹ ਕੀ ਕਹੇਗਾ ਕਿ ਨਸ਼ਾ ਹੀ ਕਰ ਲੈਨੇ ਯਾਰ ਇੱਥੇ ਬੀਡੀ ਸਿਗਰਟ ਲਾ ਲੈਨੇ ਤੇ ਤੋਂ ਚੰਗਾ ਜਾ ਕੇ ਤਮਾਕੂ ਘਾਲ ਲੈਨੇ ਇਹ ਤੋਂ ਚੰਗਾ ਜਾ ਕੇ ਸ਼ਰਾਬ ਵੀ ਪੀ ਲੈਨੇ ਪੀਆ ਨਹੀਂ ਪੀ ਲੈਨੇ ਮਤਲਬ ਉਹਨੂੰ ਉਹਨੂੰ ਰਿਲੀਫ ਚਾਹੀਦਾ ਨਾ